ਜੀ ਸਸ਼ੀਕਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਆਰ ਚੈਨਲ ਆਈ ਹੋਪ ਤੁਸੀਂ ਸਾਰੇ ਜਨੇ ਵਧੀਆ ਹੋਗੇ ਤੇ ਰਾਜੀ ਖੁਸ਼ੀ ਹੋਊਗੀ ਸੋ ਮੈਂ ਵੀ ਠੀਕ ਠਾਕ ਹਾਂ ਤੇ ਮੇਰਾ ਵਲੌਗ ਹੈ ਮੈਂ 9 ਵਜੇ ਕਰ ਲਿਆ ਸੀ ਸਟਾਰਟ ਤੇ ਦਿਨ ਸ਼ਨੀਵਾਰ ਦਾ ਇਹ ਮੇਰਾ ਵਲੌਗ ਹੈ ਤੇ ਮੈਂ ਨਾ ਸਵੇਰ ਸਵੇਰੇ ਉੱਠਦੇ ਹੀ ਅੱਜ ਮੈਂ ਕਿਹਾ ਚਲੋ ਆਪਾਂ ਗੱਦਿਆਂ ਨੂੰ ਧੁੱਪ ਲਵਾ ਦਈਏ ਤਾਂ ਕਰਕੇ ਬਸ ਗੱਦੇ ਸੁਕਣੇ ਪਿਆਈ ਸੀ ਤੇ ਬਸ ਸਣਾ ਬੈੱਡ ਤੇ ਮੈਂ ਝਾੜੂ ਵਗੈਰਾ ਮਾਰ ਰਹੀ ਸੀ ਚੰਗੀ ਤਰ੍ਹਾਂ ਮੈਂ ਕਿਹਾ ਚਲੋ ਜਿਹੜਾ ਹਨਾ ਥੋੜੇ ਦਿਨਾਂ ਬਾਅਦ ਇਹ ਚੀਜ਼ਾਂ ਨੂੰ ਸਾਫ ਸਫਾਈ ਕਰਨੀ ਚਾਹੀਦੀ ਹੈ ਵੈਸੇ ਚਲੋ ਹੁਣ ਤਾਂ ਦੀਵਾਲ ਸਵਾਈ ਕਰ ਰਹੀ ਆ ਮੈਂ ਕਿਹਾ ਚਲੋ ਕਰ ਲੈਣੀ ਆ ਤੇ ਬਸ ਇੱਥੇ ਨਾ ਮੈਂ ਆਪਣੇ ਬੈਡ ਤੋਂ ਝਾੜੂ ਵਗੈਰਾ ਮਾਰ ਕੇ ਜੋ ਵੀ ਖਲਾਰਾ ਸੀ ਉਹਨੂੰ ਹਨਾ ਬਾਹਰ ਰੱਖਿਆ ਸੀ ਡਸਟਪੈਡ ਦੇ ਵਿੱਚ ਪਾ ਕੇ ਤੇ ਮੈਂ ਸੋਚਿਆ ਚਲੋ ਇੰਨੇ ਆਪਾਂ ਬੈਡ ਝਾੜ ਪੂੰਝ ਕਰ ਲੈਨੇ ਆ ਬੈਡ ਦੀ ਤੇ ਇਹ ਵੀ ਬਹੁਤ ਜ਼ਰੂਰੀ ਹੈ ਵੈਸੇ ਅੱਗੇ ਮੈਂ ਸੁੱਕੇ ਕੱਪੜੇ ਨਾਲ ਝਾੜ ਪੂੰਝ ਕਰਦੀ ਆ ਤੇ ਅੱਜ ਇੱਥੇ ਮੈਂ ਨਾ ਥੋੜਾ ਕੱਪੜਾ ਗਿੱਲਾ ਕਰਕੇ ਨਾ ਉਹਦੇ ਨਾਲ ਕਰ ਰਹੀ ਸੀ ਕਿਉਂਕਿ ਮਿੱਟੀ ਹੈ ਜਿਹੜੀ ਹਨਾ ਥੋੜੇ ਬਹੁਤ ਨਿਸ਼ਾਨ ਪਏ ਹੁੰਦੇ ਆ ਜਿੱਦਾਂ ਬੈਡ ਤੇ ਜਾਂ ਕੁਝ ਵੀ ਜਿਵੇਂ ਮੋਕਸ਼ੀ ਆ ਨਾ ਪੈਨ ਪੈਨਸਿਲ ਲੈ ਕੇ ਲਾਈਨਾਂ ਵਗ ਸਾਫ ਕਰ ਰਹੀ ਸੀ ਤੇ ਨਾਲ ਹੀ ਮੈਂ ਆਪਣੇ ਬੈਡ ਤੇ ਵੀ ਚੰਗੀ ਤਰ੍ਹਾਂ ਮਾਰ ਦੂੰਗੀ ਤੇ ਇਹ ਆਪਾਂ ਨੂੰ ਡੇਲੀ ਸਫਾਈ ਵੈਸੀ ਕਰਨੀ ਚਾਹੀਦੀ ਹੈ ਮੰਨ ਲਓ ਡੇਲੀ ਨਹੀਂ ਕਰ ਸਕਦੇ ਵੀਕ ਦੇ ਵੀਕ ਹਨਾ ਮੰਥ ਦੇ ਮੰਥ ਕਰ ਲੈਣੇ ਚਾਹੀਦੀ ਹੈ ਬਹੁਤ ਸਾਫ ਸੁਥਰਾ ਹੋ ਜਾਂਦਾ ਇਸ ਨਾਲ ਹਨਾ ਇੰਨੇ ਨੂੰ ਆਪਣੇ ਮਨ ਨੂੰ ਸਕੂਨ ਮਿਲ ਜਾਂਦਾ ਹੈ ਕਿ ਹਾਂ ਕੁਛ ਤਾਂ ਹੋਇਆ ਚਲੋ ਜਿਵੇਂ ਬੱਚੇ ਦੇ ਨਾਲ ਟਾਈਮ ਲੱਗਦਾ ਉਦਾਂ ਹੀ ਕਰਦੇ ਰਹਿਣਾ ਚਾਹੀਦਾ ਕੰਮ ਨੂੰ ਬਸ ਤੁਹਾਨੂੰ ਪਤਾ ਹਨਾ ਮੇਰੀ ਬੇਟੀ ਥੋੜੀ ਜੀ ਬਿਮਾਰ ਹੋਈ ਹੋਈ ਆ ਉਹਦੇ ਕਰਕੇ ਮੇਰੇ ਤੋਂ ਜਿਹੜੇ ਵਲੌਗ ਨੇ ਉਹ ਇੱਕ ਇੱਕ ਦਿਨ ਛੱਡ ਕੇ ਆ ਰਹੇ ਨੇ ਤੇ ਬਸ ਹੁਣ ਇੱਥੇ ਮੈਂ ਆਪਣੀ ਡੀਪ ਸਫਾਈ ਕਰਨ ਤੋਂ ਬਾਅਦ ਬਸ ਨਾਲ ਦੇ ਨਾਲ ਹਨਾ ਮੈਂ ਆਪਣੇ ਬਾਰੀਆਂ ਨੂੰ ਸਾਫ਼ ਕਰ ਲਵਾਂਗੀ ਚੰਗੀ ਤਰ੍ਹਾਂ ਕਿਉਂਕਿ ਜਿਹੜੀ ਮੇਰੀ ਬਾਰੀ ਹੈ ਨਾ ਉਹ ਵੀ ਬਹੁਤ ਜ਼ਿਆਦਾ ਹਨਾ ਮਿੱਟੀ ਆਈ ਪਈ ਸੀ ਤੇ ਇਧਰੋਂ ਨਾ ਕੁਝ ਪਿੱਛੇ ਸਪੇਸ ਹੈ ਸਾਡੇ ਉਧਰੋਂ ਵੀ ਕਹਿੰਦਾ ਮਤਲਬ ਖੁੱਲਾ ਹੈਗਾ ਖੁੱਲੇ ਕਰਕੇ ਬਾਹਲੀ ਹਨੇਰੀ ਹਨੂਰੀ ਜੋ ਵੀ ਥੋੜੇ ਦਿਨ ਪਹਿਲਾਂ ਬਹੁਤ ਜ਼ਿਆਦਾ ਹਨੇਰੀ ਆਈ ਸੀ ਤਾਂ ਸਾਰੀ ਮਿੱਟੀ ਧੂੜ ਆ ਗਈ ਸੀ ਤੇ ਇਹਨਾਂ ਕੁਝ ਇਹਦੇ ਕਰਕੇ ਹੁਣ ਮੋਕਸ਼ੀ ਬਿਮਾਰ ਹੋਈ ਹੋਈ ਉਹਦੇ ਕਰਕੇ ਨਾ ਸਾਡਾ ਏਸੀ ਬੰਦ ਹੋ ਗਿਆ ਹੋਇਆ ਏਸੀ ਅਸੀਂ ਚਲਾ ਨਹੀਂ ਰਹੇ ਕਿੰਨੇ ਦਿਨ ਹੋ ਗਏ ਵੈਸੇ ਵੀ ਮੌਸਮ ਬਹੁਤ ਠੰਡਾ ਹੋ ਗਿਆ ਦਿਨ ਛੋਟੇ ਹੋ ਗਏ ਨੇ ਇਹ ਤੁਹਾਨੂੰ ਪਤਾ ਲੱਗ ਰਿਹਾ ਕਿ ਹੁਣ ਤੋ ਤਾਂ ਵਸੇ ਥੇ ਨਾ ਮੈਂ ਬਾਰੀ ਵਗੈਰਾ ਉਤਾਰ ਕੇ ਜੋ ਵੀ ਚੰਗੀ ਤਰ੍ਹਾਂ ਨਾ ਸਫਾਈ ਕਰ ਰਹੀ ਸੀ ਮੈਂ ਕਿਹਾ ਚਲੋ ਹੁਣ ਆਪਾਂ ਮੈਂ ਨਾ ਇੱਥੇ ਗੱत्ता ਲਗਾਇਆ ਹੋਇਆ ਸੀ ਕਿ ਜਦੋਂ ਏਸੀ ਦੀ ਹਵਾ ਨਾ ਬਾਹਰ ਨਾ ਜਾਵੇ ਤਾਂ ਕਰਕੇ ਤੇ ਮੈਂ ਗੱत्ता ਉਤਾਰ ਕੇ ਚੰਗੀ ਤਰ੍ਹਾਂ ਜਾਲੀਆਂ ਸਾਫ ਕਰਕੇ ਨਾ ਸਾਰਾ ਸਾਫ ਕਰਕੇ ਜਾਲੀਆਂ ਨੂੰ ਤੇ ਜਿਹੜੀ ਆਪਣੀ ਅ ਖਿੜਕੀ ਆ ਉਹਨੂੰ ਵੀ ਮੈਂ ਚੰਗੀ ਤਰ੍ਹਾਂ ਸਾਫ ਕਰ ਦੂੰਗੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਜਿਹੜੀ ਬਾਰੀ ਉਹ ਲਗਾ ਦੂੰਗੀ ਕਿਉਂਕਿ ਹਨਾ ਇਹਨੂੰ ਮੈਂ ਖੁੱਲਾ ਤਾਂ ਨਹੀਂ ਛੱਡਦੀ ਕਿਉਂਕਿ ਪਿੱਛੋਂ ਜੋ ਵੀ ਮੱਛਰ ਕੀੜਾ ਜੋ ਵੀ ਅੰਦਰ ਆਂਦਾ ਰਹੇਗਾ ਮੈਂ ਜਾਲੀ ਲਗਾ ਦੂੰਗੀ ਤੇ ਬਸ ਮੈਂ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਸਾਫ ਕਰ ਰਹੀ ਸੀ ਕਿਉਂਕਿ ਇਹ ਵਾਲੀ ਸਫਾਈ ਕੀਤਿਆਂ ਨੂੰ ਮੈਨੂੰ ਕਾਫੀ ਚਿਰ ਹੋ ਗਿਆ ਸੀ ਮੈਂ ਚੰਗੀ ਤਰ੍ਹਾਂ ਸਾਫ ਨਹੀਂ ਕੀਤਾ ਸੀ ਤਾਂ ਕਰਕੇ ਨਹੀਂ ਕੀਤਾ ਸੀ ਕਿਉਂਕਿ ਏਸੀ ਚੱਲਦਾ ਹਨਾ ਘਰ ਦੇ ਵਿੱਚ ਡੇਲੀ ਬਹੁਤ ਜ਼ਿਆਦਾ ਗਰਮੀ ਸੀ ਏਸੀ ਸਾਰਾ ਦਿਨ ਚੱਲਦਾ ਰਹਿੰਦਾ ਸੀ ਫਿਰ ਜਦ ਤੱਕ ਏਸੀ ਚੱਲਦਾ ਉਹ ਤੱਕ ਆਪਾਂ ਬਾਰੀ ਖੋਲ ਹੀ ਨਹੀਂ ਸਕਦੇ ਤਾਂ ਕਰਕੇ ਗੱਤਾ ਲਗਾਇਆ ਹੋਇਆ ਸੀ ਬਸ ਗੱਤਾ ਉਤਾਰ ਕੇ ਮੈਂ ਚਲੋ ਇਸ ਤਰ੍ਹਾਂ ਹੈ ਕਿ ਬਾਹਰਲੀ ਹਵਾ ਆਉਂਦੀ ਰਹੇਗੀ ਵੈਲਟਿਨੇਸ਼ਨ ਬੋ ਚੰਗੀ ਗੱਲ ਹੁੰਦੀ ਆ ਬਾਹਰਲੀ ਹਵਾ ਆਣੀ ਵੀ ਹੁਣ ਅਸੀਂ ਏਸੀ ਬਿਨਾ ਸੌਂਨੇ ਆ ਵੈਸੀ ਗਰਮੀ ਤਾਂ ਨਹੀਂ ਲੱਗਦੀ ਬਟ ਘੁੰਮਸੇ ਜੀ ਹੋ ਜਾਂਦੀ ਸਾਡੇ ਕਮਰੇ ਚ ਕਿਉਂਕਿਦਰੋਂ ਹਵਾ ਤਾਂ ਨਹੀਂ ਰਹੀ ਸਾਰੇ ਪਾਸਿਓਂ ਬੰਦ ਹੋ ਜਾਂਦਾ ਤੇ ਰਾਤ ਨੂੰ ਘੁੰਮਸ ਹੋ ਜਾਂਦੀ ਆ ਤਾਂ ਕਰਕੇ ਬਸ ਮੈਂ ਥੋ ਗੱਤਾ ਉਤਾਰਤਾ ਸੀ ਤੇ ਬਸ ਉਹਨਾਂ ਬਾਰੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਮੈਂ ਬਾਰੀ ਲਗਾ ਦੂੰਗੀ ਸੋ ਬਸ ਤੁਸੀਂ ਸਾਰੇ ਜਣੇ ਸੁਣਾਓ ਹਾਣਾ ਕਿੱਦਾਂ ਹੋ ਸਾਰੇ ਜਣੇ ਤੇ ਮੇਰੀ ਵੀਡੀਓ ਜੇ ਤੱਕ ਤੁਸੀਂ ਸਾਰਿਆਂ ਨੇ ਦੇਖ ਲਈਏ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹ ਕੇ ਮੈਨੂੰ ਬਹੁਤ ਵਧੀ ਮਨਾਤੋੜ ਸਾਰਿਆਂ ਦਾ ਧੰਨਵਾਦ ਤੁਸੀਂ ਬਹੁਤ ਹੀ ਸਪੋਰਟ ਤੇ ਪਿਆਰ ਦਿੰਦੇ ਹੋ ਚਾਹੇ ਮੈਂ ਇੱਕ ਦਿਨ ਛੱਡ ਕੇ ਵੀਡੀਓ ਪਾ ਰਹੀਆਂ ਤਾਂ ਵੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਥੈਂਕ ਯੂ ਜੀ ਥੈਂਕ ਯੂ ਇਦਾਂ ਹੀ ਮੈਂ ਕਹਿੰਨੀ ਆ ਆਪਣਾ ਸਾਰਿਆਂ ਦਾ ਪਿਆਰ ਬਣਿਆ ਰਹੇ ਤੇ ਇਸ ਤੋਂ ਬਾਅਦ ਤੁਸੀਂ ਦੇਖ ਲਓ ਮੇਰੀ ਬੇਟੀ ਵਿੱਚ ਘੁੰਮ ਫਿਰ ਰਹੀ ਹੈ ਬਸ ਹੋਤਾ ਇਦਾਂ ਹੀ ਕਰਦੀ ਹੈ ਮੈਂ ਆਪਣਾ ਕੰਮ ਕਰਦੀ ਰਹਿਣੀ ਆ ਨਾਲ-ਨਾਲ ਉਹਨੂੰ ਵੀ ਸੰਭਾਲਦੀ ਰਹਿਣੀ ਆ ਹੁੰਨਾ ਕੁਸ਼ੇ ਮੇਰੇ ਬਿਨਾ ਜਮਾ ਨਹੀਂ ਰਹਿੰਦੀ ਬਿਲਕੁਲ ਵੀ ਨਹੀਂ ਰਹਿੰਦੀ ਮੇਰੇ ਨਾਲ ਹੀ ਚਿਪਕੀ ਰਹਿੰਦੀ ਹੈ ਤਾਂ ਉਹਦੇ ਨੇਰੇ ਤੇਰੇ ਮੈਂ ਚਾਹੀਦੀਆਂ ਜਦੋਂ ਕੁਝ ਵੀ ਕਰਨਾ ਹੈ ਉਹਨੇ ਜਾਂ ਕੁਝ ਵੀ ਉਹਨੂੰ ਮੈਂ ਹੀ ਚਾਹੀਦੀਆਂ ਤੇ ਬਸ ਇੱਥੇ ਨਾ ਮੈਂ ਗੇਟ ਸਾਫ ਕਰ ਰਹੀ ਸੀ ਕਿਉਂਕਿ ਗੇਟ ਉਂਝ ਤਾਂ ਗੰਦਾ ਨਹੀਂ ਸੀ ਬਟ ਮੌਕਸ਼ੀ ਤੁਹਾਨੂੰ ਪਤਾ ਹਨਾ ਕਿਥੇ ਹੱਥ ਲਗਾਤਾ ਕੁਝ ਲਗਾਤਾ ਉਹਦੇ ਕਰਕੇ ਮੈਂ ਕਿਹਾ ਚਲੋ ਗੇਟ ਨੂੰ ਚੰਗੀ ਤਰ੍ਹਾਂ ਮੈਂ ਸਾਫ ਕਰ ਦਿੰਨੀ ਆ ਬਸ ਉਹੀ ਸਾਫ ਕਰ ਰਹੀ ਸੀ ਉਸ ਤੋਂ ਬਾਅਦ ਮੈਂ ਅੱਗੇ ਦੂਸਰੇ ਰੂਮ ਦੇ ਵਿੱਚ ਦੂਸਰੇ ਰੂਮ ਦੇ ਵਿੱਚ ਵੀ ਡਸਟਿੰਗ ਕਰਨ ਵਾਲੀ ਹੋਈ ਹੋਈ ਸੀ ਦਿਨ ਦੋ ਤਿੰਨ ਦਿਨ ਹੋ ਗਏ ਚੰਗੀ ਤਰ੍ਹਾਂ ਮੈਂ ਆਪਣੇ ਘਰ ਨੂੰ ਕਲੀਨ ਨਹੀਂ ਕਰ ਪਾ ਰਹੀ ਸੀ ਜਿੱਦਾਂ ਮੈਂ ਕਰਦੀ ਆ ਡੇਲੀ ਤੇ ਬਸ ਮੈਂ ਕਿਹਾ ਹੁਣ ਅੱਜ ਮੈਂ ਚੰਗੀ ਤਰ੍ਹਾਂ ਨਾ ਮੈਨੂੰ ਟਾਈਮ ਮਿਲਿਆ ਮੇਰੀ ਬੇਟੀ ਖੇਡ ਰਹੀ ਸੀਗੀ ਤੇ ਕਦੇ ਉਹ ਇੱਧਰ ਕਦੇ ਉਹ ਕਿਉਂਕਿ ਅਗੇ ਨਾਲ ਉਹਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਹੋਇਆ ਵੈਸੇ ਉਹਦੇ ਇਨਫੈਕਸ਼ਨ ਆ ਗਈ ਸੀ ਮੋਕਸ਼ੀ ਦੇ ਟੈਸਟ ਵਗੈਰਾ ਹੋਏ ਸੀਗੇ ਉਹ ਅੱਗੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਉਹਦੇ ਨਾ ਇਨਫੈਕਸ਼ਨ ਆਈ ਸੀ ਤੇ ਅੱਜ ਮੈਂ ਸੰਡੇ ਨੂੰ ਆਪ ਵਾਇਸਓਵਰ ਆਪਣੀ ਕਰ ਰਹੀਆਂ ਤਾਂ ਤਾਂ ਹੋ ਗਏ 5 ਦਿਨ ਹੋ ਗਏ ਡੇਲੀ ਫੀਵਰ ਚੜ ਜਾਂਦਾ ਸੀ ਕਦੇ ਰਾਤ ਨੂੰ ਕਦੇ ਦਿਨੇ ਹਨਾ ਰਾਤੀ ਵੀ 2 ਵਜੇ ਨੂੰ ਫੀਵਰ ਆ ਗਿਆ ਸੀਗਾ ਉਸ ਦਿਨ ਤੇ ਮੈਂ ਸੋਚਿਆ ਵੀ ਇਹਦਾ ਟੈਸਟ ਕਰਾ ਦਿੰਦੇ ਆ ਵੀ ਕੋਈ ਵਾਰ ਕੋਈ ਅੰਦਰ ਮੇਜਰ ਹਨਾ ਕੋਈ ਪ੍ਰੋਬਲਮ ਨਾ ਚੱਲ ਰਹੀ ਹੋਏ ਤਾਂ ਕਰਕੇ ਮੈਂ ਕਿਹਾ ਚਲੋ ਆਪਾਂ ਟੈਸਟ ਕਰਾਣੇ ਆ ਤੇ ਬਸ ਅਸੀਂ ਚੱਲ ਗਏ ਸੀਗੇ ਟੈਸਟ ਡਾਕਟਰ ਕੋਲ ਟੈਸਟ ਵਗੈਰਾ ਹੋਏ ਤਾਂ ਬਸ ਉਦੋਂ ਇਹਦੀ ਰਿਪੋਰਟ ਦੇ ਵਿੱਚ ਕੁਝ ਨਹੀਂ ਆਈ ਸੀ ਜਦੋਂ ਮੈਂ ਤੁਹਾਡਾ ਨਾਲ ਗੱਲ ਕੀਤੀ ਸੀ ਬੜ ਬਾਅਦ ਵਿੱਚ ਮੇਰੇ ਕੋਲ ਰਿਪੋਰਟ ਆਈ ਤਾਂ ਉਹਦੀ ਰਿਪੋਰਟ ਦੇ ਵਿੱਚ ਇਨਫੈਕਸ਼ਨ ਆਇਆ ਬ ਸਡੋ ਡਾਕਟਰ ਨੇ ਸਭ ਕੁਝ ਮਨਾ ਕਰਤਾ ਕਿ ਇਹਨੂੰ ਕੁਝ ਨਹੀਂ ਖਿਲਾਣਾ ਤੁਸੀਂ ਬਾਹਰਲਾ ਜੋ ਵੀ ਖਵਾਣਾ ਹਨ ਘਰ ਘਰ ਦਾ ਹੀ ਖਵਾਣਾ ਮੰਨ ਲਓ ਸੇਵੀਆਂ ਬਣਾਤੀਆਂ ਜਾਂ ਘਰ ਦੀਆਂ ਹੀ ਚੀਜ਼ਾਂ ਖਵਾਣੀਆਂ ਬਸ ਬਾਹਰਲਾ ਇਹਨੂੰ ਕੁਝ ਨਹੀਂ ਖਵਾਣਾ ਤਾਂ ਕਰਕੇ ਬਸ ਫਿਰ ਮੈਂ ਜ਼ਿਆਦਾ ਆਪਣੀ ਬੇਟੀ ਵੱਲ ਧਿਆਨ ਦੇ ਰਹੀਆਂ ਮੈਨੂੰ ਇਹ ਹੋ ਰਿਹਾ ਕਿ ਜੇ ਉਹ ਠੀਕ ਹੋ ਜੂਗੀ ਤਾਂ ਸਾਰੇ ਕੰਮ ਮੇਰੇ ਵਧੀਆ ਹੋ ਜਾਣਗੇ ਜੋ ਬਿਮਾਰ ਰਹੂਗੀ ਇਸ ਤਰੀਕੇ ਨਾਲ ਮੇਰਾ ਕੰਮ ਨਹੀਂ ਹੋ ਪਾਊਗਾ ਸੋ ਤਾਂ ਕਰਕੇ ਮੈਂ ਆਪਣੇ ਵਲੌਗ ਨੂੰ ਘੱਟ ਕਰਕੇ ਆਪਣੇ ਹਨਾ YouTube ਦੇ ਕੰਮ ਨੂੰ ਮੈਂ ਜ਼ਿਆਦਾ ਧਿਆਨ ਉਹਦੇ ਵੱਲ ਦੇ ਰਹੀਆਂ ਕਿਉਂਕਿ ਉਹ ਸਭ ਤੋਂ ਪਹਿਲਾਂ ਮੇਰੇ ਲਈ ਉਹੀ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਮੇਰੇ ਲਈ ਉਹਨੂੰ ਹਨਾ ਮੈਂ ਆਪਣਾ ਠੀਕ ਕਰੂੰਗੀ ਉਸ ਤੋਂ ਬਾਅਦ ਹੀ ਮੈਂ YouTube ਦਾ ਕੰਮ ਸੰਭਾਲ ਲੂੰਗੀ ਚੰਗੀ ਤਰ੍ਹਾਂ ਤੇ ਬਟ ਮੈਂ ਕਰ ਰਹੀ ਆ YouTube ਦਾ ਕੰਮ ਇੱਕ ਦਿਨ ਛੱਡ ਕੇ ਬਲੌਗ ਦਾ ਡੇਲੀ ਪਾਉਂਗੀ ਤੁਹਾਨੂੰ ਸਾਰ ਨੂੰ ਮੇਰਾ ਪਤਾ ਹੀ ਹੈ ਕਿ ਮੈਂ ਆਪਣਾ ਕੰਮ ਨੂੰ ਲੈ ਕੇ ਕਿੰਨੀ ਜ਼ਿਆਦਾ ਸੀਰੀਅਸ ਆ YouTube ਨੂੰ ਤਾਂ ਮੈਂ ਬਿਲਕੁਲ ਨਹੀਂ ਛੱਡ ਸਕਦੀ ਕਿਉਂਕਿ ਮੈਨੂੰ ਤੁਹਾਡੇ ਸਾਰਿਆਂ ਦੀ ਹੈਬਿਟ ਪੈ ਗਈ ਹੋਈ ਹੈ ਜਦੋਂ ਤੱਕ ਮੈਂ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਨਹੀਂ ਕਰ ਲੈਂਦੀ ਉਦੋਂ ਤੱਕ ਮੇਰੇ ਦਿਲ ਨੂੰ ਸਕੂਨ ਨਹੀਂ ਮਿਲਦਾ ਮੈਨੂੰ ਇਹ ਹੋ ਜਾਂਦਾ ਕਿ ਸ਼ਾਇਦ ਅੱਜ ਕੋਈ ਕਮੀ ਹੈ ਕੁਝ ਮਿਸਿੰਗ ਆ ਮੇਰੀ ਲਾਈਫ ਦੇ ਵਿੱਚ ਬਟ ਉਹੀ ਆ ਨਾ ਹੁ ਹੈਬਿਟ ਪੈ ਗਈ ਹੋਈ ਐ ਕਿ ਹੁਣ ਮੇਰੇ ਤੋਂ ਰਹਿ ਹੀ ਨਹੀਂ ਜਾਂਦਾ ਕੋਈ ਗੱਲ ਕਿਤੇ ਬਿਨਾ ਬਟ ਜੋ ਵੀ ਮੇਰੇ ਘਰ ਚ ਹੁੰਦਾ ਜਿਵੇਂ ਵੀ ਹੁੰਦਾ ਮੈਂ ਤੁਹਾਡੇ ਸਾਰੇ ਨਾਲ ਹਮੇਸ਼ਾ ਗੱਲ ਵੀਡੀਓ ਰਹੀ ਸ਼ੇਅਰ ਕਰ ਲੈਣੀ ਐ ਤੁਹਾਡੇ ਸਾਰੇ ਨਾਲ ਗੱਲਾਂ ਬਾਤਾਂ ਕਰਕੇ ਤੇ ਬਸ ਇਹੀ ਚੱਲਦਾ ਹੀ ਰਹਿਣਾ ਚਲੋ ਘਰਾਂ ਦੇ ਕੰਮ ਨੇ ਘਰਾਂ ਦੀਆਂ ਗੱਲਾਂ ਨੇ ਤਾਂ ਕਦੇ ਖਤਮ ਨਹੀਂ ਹੋਣੀਆਂ ਸੋ ਬਸ ਇਸ ਤੋਂ ਬਾਅਦ ਹਣਾ ਸਾਰੇ ਕੰਮ ਡਸਟਿੰਗ ਵਗੈਰਾ ਵਗਾਲੇ ਕਰਕੇ ਮੈਂ ਝਾੜੂ ਵਗੈਰਾ ਮਾਰਨ ਲੱਗ ਗਈ ਸੀ ਤੇ ਤੁਹਾਨੂੰ ਪਤਾ ਜਦ ਤੱਕ ਮੈਂ ਝਾੜੂ ਨਹੀਂ ਮਾਰਦੀ ਮੇਰੇ ਮਨ ਨੂੰ ਬਿਲਕੁਲ ਵੀ ਚਾਨਣ ਨਹੀਂ ਮਿਲਦਾ ਮੈਂ ਕਿਹਾ ਚਲੋ ਹਾਂ ਨਾ ਗੱਦੇ ਨੇ ਸੁੱਕਰੇ ਨੇ ਤਾਂ ਇੰਨੇ ਮੈਂ ਅੰਦਰੋਂ ਅੰਦਰੋਂ ਝਾੜੂ ਕੱਟ ਲਈ ਨੀ ਤੇ ਬਾਰੋਂ ਆਪਾਂ ਸਫਾਈ ਨਹੀਂ ਕੀਤੀ ਸੀ ਕਿਉਂਕਿ ਬਾਹਰ ਗੱਦੇ ਵਗੈਰਾ ਸੁੱਕਰੇ ਸੀਗੇ ਬਾਹਰ ਇਦਾਂ ਹੀ ਮੈਂ ਪਾਤੀ ਸੀ ਧੁੱਪ ਦੇ ਵਿੱਚ ਬਾਹਰ ਉਹ ਸਫਾਈ ਮੈਂ ਕਰੀ ਸੀ 1:30 2 ਵਜੇ ਤੋਂ ਬਾਅਦ ਇਸ ਸਵੇਰ ਦਾ ਟਾਈਮ ਹੈ 9 9 ਵਜ ਦਾ 9:30 ਦਾ 10 ਵਜ ਦਾ ਟਾਈਮ ਹੈ ਤੇ ਉਦੋਂ ਮੈਂ ਅੰਦਰ ਸਫਾਈ ਕਰ ਰਹੀ ਸੀ ਤਾਂ ਜਿਹੜਾ ਮੈਂ ਵਲੌਗ ਫਿਰ ਦੁਪਹਿਰ ਨੂੰ ਸਟਾਰਟ ਕਰ ਰਹੀ ਬਾਹਰਲੀ ਸਫਾਈ ਦਾ ਕਿਉਂਕਿ ਅੰਦਰਲੇ ਕੰਮ ਵਿੱਚ ਹੋ ਗਏ ਸੀ ਮੈਂ ਸਬਜ਼ੀ ਬਣਾਣੀ ਸੀ ਅੰਦਰਲੇ ਬਹੁਤ ਜ਼ਿਆਦਾ ਕੰਮ ਸੀ ਫਿਰ ਮੈਂ ਉਹ ਕਰਨ ਲੱਗੀ ਸੀ ਤੇ ਨਾਲ-ਨਾਲ ਮੇਰੇ ਕੰਮ ਵੀ ਚੱਲੀ ਗਏ ਤੇ ਨਾਲ-ਨਾਲ ਮੈਂ ਆਪਣਾ ਵਲੌਗ ਵੀ ਸ਼ੂਟ ਕਰੀ ਗਈ ਜਿੰਨਾ ਮੇਰੇ ਤੋਂ ਹੋਇਆ ਹਨਾ ਮੇਰੀ ਬੇਟੀ ਦੇ ਨਾਲ ਉਹ ਗੁੰਭਿਰ ਰਹੀ ਆ ਹਨਾ ਕਈ ਵਾਰ ਉਹ ਵਿੱਚ ਕੈਮਰਾ ਵੀ ਸ਼ੇਅਰ ਦੀ ਸੀ ਸੋ ਮੈਨੂੰ ਬਹੁਤ ਜ਼ਿਆਦਾ ਔਖਾ ਹੋ ਰਿਹਾ ਸੀ ਉਹਨਾਂ ਨਾਲ ਸ਼ੂਟ ਕਰਨਾ ਤਾਂ ਕਰਕੇ ਫਿਰ ਮੈਂ ਜਿੰਨਾ ਕੋਇਆ ਸ਼ੂਟ ਕਰ ਲਿਆ ਉਸ ਤੋਂ ਬਾਅਦ ਮੈਂ ਫਿਰ ਦੁਪਹਿਰੇ ਸ਼ੂਟ ਕੀਤਾ ਹੈ ਦੁਪਹਿਰ ਵੀ ਮੈਂ ਜਦੋਂ ਸ਼ੂਟਿੰਗ ਸਟਾਰਟ ਕੀਤੀ ਤਾਂ ਉਹ ਮੇਰੇ ਨਾਲ ਆ ਗਈ ਹਨਾ ਮੈਂ ਬਾਹਰ ਲਿਆ ਸਫਾਈਆਂ ਵਗੈਰਾ ਕਰ ਰਹੀ ਸੀ ਤਾਂ ਉਦੋਂ ਵੀ ਉਹ ਆ ਗਈ ਮੇਰੇ ਨਾਲ ਹਨਾ ਖੇਡਣ ਲੱਗ ਗਈ ਜਾਂ ਪਾਣੀ ਦੇ ਵਿੱਚ ਤਾਂ ਹਾਜੀ ਮੋਕਸ਼ੀ ਨੂੰ ਮੈਂ ਪਾਣੀ ਦੇ ਵਿੱਚ ਖੇਲਣ ਨਹੀਂ ਦੇਣਾ ਸੀ ਕਿਉਂਕਿ ਉਹਦੀ ਤਬੀਅਤ ਨਹੀਂ ਠੀਕ ਬਟ ਉਹ ਫਿਰ ਵੀ ਖੇਲਣ ਲੱਗੀ ਮੈਂ ਸੋਚਿਆ ਕਿ ਬੱਚੇ ਨੂੰ ਆਪਾਂ ਹਟਾਵਾਂਗੇ ਹਨ ਬੱਚੇ ਨੇ ਦਿਨਾਂ ਦਾ ਅੰਦਰ ਹੀ ਪਿਆ ਹੈ ਬਿਮਾਰ ਹੋਇਆ ਪਿਆ ਹੈ ਕਿਉਂ ਬੱਚੇ ਨੂੰ ਰੋਕਣਾ ਨਾ ਬੱਚੇ ਨੂੰ ਇੰਜੋਏ ਕਰਨ ਦੇ ਬਸ ਮਨ ਨੂੰ ਥੋੜਾ ਇੰਜੋਏ ਕਰਨ ਦਿੱਤਾ ਮੈਂ ਕਿਹਾ ਤੂੰ ਇੰਜੋਏ ਕਰ ਕੋਈ ਗੱਲ ਨਹੀਂ ਟੈਨਸ਼ਨ ਨਾਲ ਹੈ ਬਸ ਉਹਨੇ ਇੰਜੋਏ ਕੀਤਾ ਤੇ ਨਾਲ ਮੈਂ ਆਪਣੇ ਕੰਮ ਕਰ ਲਏ ਤੇ ਬਾਕੀ ਤੁਸੀਂ ਸਾਰੇ ਜਣੇ ਦੱਸੋ ਜੇ ਤੁਸੀ ਇੱਥੇ ਤੱਕ ਮੇਰੀ ਵੀਡੀਓ ਦੇ ਵਿੱਚ ਆ ਗਏ ਹੋ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਪਿਆਰਾ ਜਾਂ ਸ਼ੇਅਰ ਜ਼ਰੂਰ ਕਰਿਆ ਕਰੋ ਫਰੈਂਡਸ ਨਾਲ ਗਰੁੱਪ ਦੇ ਵਿੱਚ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਸਾਰਿਆਂ ਦੇ ਇੱਕ ਕਮੈਂਟ ਨਾਲ ਠੀਕ ਹੈ ਹਾਂਜੀ ਫੈਮਲੀ ਮੈਨੂੰ ਨਾ ਮੇਰੇ ਸਬਸਕ੍ਰਾਈਬਰਸੇ ਕਮੈਂਟ ਆਉਂਦੇ ਆ ਕਿ ਤੁਸੀਂ ਜਿਹੜੀ ਸਪੀਡ ਆ ਨਾਰਮਲ ਰੱਖੋ ਤਾਂ ਮੈਂ ਅੱਜ ਤੁਹਾਡੇ ਸਾਰਿਆਂ ਦੇ ਕਹਿਣ ਦੇ ਥੋੜੀ ਸਪੀਡ ਨਾਰਮਲ ਰੱਖੀ ਹੈ ਮੈਨੂੰ ਐਵੇਂ ਆ ਕਿ ਹਣਾ ਜਿੱਦਾਂ ਮੇਰੇ ਸਬਸਕ੍ਰਾਈਬਰ ਕਹਿਣਗੇ ਉਦਾਂ ਹੀ ਮੈਂ ਕਰਨਾ ਕਿਉਂਕਿ ਮੈਂ ਵਲੌਗ ਤੁਹਾਡੇ ਲਈ ਬਣਾਉਣੀ ਹੈ ਨਾ ਜੋ ਵੀ ਕਰਦੀਆਂ ਤੁਹਾਡੇ ਲਈ ਕਰਦੀਆਂ ਸੋ ਜਿੱਦਾਂ ਤੁਸੀਂ ਕਹੋਗੇ ਬਸ ਉਦਾਂ ਹੀ ਕਰੂੰਗੀ ਬਸ ਇਹ ਹੈ ਕਿ ਵਧੀਆ ਕਮੈਂਟ ਕਰੋ ਤਾਂ ਮੈਨੂੰ ਵਧੀਆ ਲੱਗੇ ਕਿ ਹਾਂ ਮੈਂ ਇਦਾਂ ਕਰਨਾ ਜੋ ਮੈਨੂੰ ਵਧੀਆ ਕਮੈਂਟ ਕਰਦਾ ਮੈਂ ਹਮੇਸ਼ਾ ਉਹਦੀ ਹੋਈ ਸੁਣਦੀਆਂ ਤੇ ਉਹਨੂੰ ਰਿਪਲਾਈ ਵੀ ਜ਼ਰੂਰ ਕਰਦੀਆਂ ਕਮੈਂਟ ਮੈਂ ਹਰ ਕਿਸੇ ਦਾ ਰੀਡ ਕਰਦੀਆਂ ਕਿਉਂਕਿ ਸੋ ਹਾਂਜੀ ਫੈਮਿਲੀ ਮੈਂ ਨਾ ਹੁਣੇ ਚਾਲੂ ਵਗੈਰਾ ਮਾਰਿਆ ਤੇ ਮੇਰਾ ਨਾ ਵਲੌਗ ਨਹੀਂ ਆਇਆ ਇੱਕ ਦਿਨ ਛੱਡ ਕੇ ਮੈਂ ਪਾ ਰਹੀ ਹਾਂ ਕਿਉਂਕਿ ਮੇਤੋਂ ਡੇਲੀ ਨਹੀਂ ਹੋ ਪਾ ਰਿਹਾ ਕਿਉਂਕਿ ਮੌਕਸ਼ੀ ਬਹੁਤ ਜ਼ਿਆਦਾ ਬਿਮਾਰ ਹੋਈ ਸੀ ਤੇ ਅੱਜ ਉਹਦੇ ਹੁਣਾ 2 6 7 ਦਿਨ ਹੋ ਗਏ ਫੀਵਰ ਉਤਰ ਹੀ ਨਹੀਂ ਰਿਹਾਗਾ ਤੇ ਮੈਨੂੰ ਪਹਿਲਾਂ ਤਾਂ ਇੰਜ ਜਿਹੀ ਕੋਲਡ ਕਰਕੇ ਹਣਾ ਉਹਦਾ ਫੀਵਰ ਨਹੀਂ ਉਤਰ ਰਿਹਾ ਬਟ ਹੁਣ ਮੈਂ ਹੁਣਾ ਅੱਜ ਅਸੀਂ ਟੈਸਟ ਕਰਾ ਕੇ ਆਏ ਆ ਡਾਕਟਰ ਕੋਲ ਸਵੇਰੇ ਸਵੇਰੇ ਗਏ ਸੀ ਉਹਦਾ ਟੈਸਟ ਕਰਾ ਕੇ ਆਏ ਹੁਣ 12 ਵਜੇ ਰਿਪੋਰਟ ਆਣੀ ਹਾਲੇ 11:30 ਹੋਏ ਨੇ ਜਿਵੇਂ 12 ਵਜੇ ਰਿਪੋਰਟ ਆਉਂਦੀ ਹੈ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਕੀ ਆਇਆ ਉਹਦੀ ਰਿ ਤੇ ਬਹੁਤ ਜ਼ਿਆਦਾ ਖਾਂਸੀ ਹੋਈ ਪਈ ਆ ਬਹੁਤ ਬਿਮਾਰ ਹੋਈ ਪਈ ਉਹਦੇ ਕਰਕੇ ਮੇਰਾ ਡੇਲੀ ਵਲੌਗ ਨਹੀਂ ਪੈ ਪਾਰਿਆ ਸੋ ਸੌਰੀ ਹਾਂ ਨਾ ਤੁਹਾਨੂੰ ਸਾਰਿਆਂ ਨੂੰ ਕਿ ਮੈਂ ਵਲੌਗ ਨਹੀਂ ਡੇਲੀ ਪਾ ਰਹੀ ਤੇ ਮਸ ਉਂਦਰ ਬੈਠੀ ਹੋਈ ਆ ਫੋਨ ਚਲਾ ਰਹੀ ਆ ਤੇ ਮੈਨੂੰ ਕੰਮ ਵੀ ਨਹੀਂ ਕਰਨ ਦਿੰਦੀ ਮੇਰੇ ਮੋਢੇ ਨਾਲ ਚਿਮੜੀ ਰਹਿੰਦੀ ਆ ਬਾਕੀ ਜਿੰਨਾ ਕੰਮ ਹੋ ਰਿਹਾ ਚਲੋ ਜੋ ਵੀ ਤੋਰ ਸਾਰਿਆਂ ਨਾਲ ਮੈਂ ਵਲੌਗ ਰਹਿ ਸ਼ੇਅਰ ਕਰ ਹੀ ਰਹੀ ਆ ਚੱਲੇ ਹੁਣੇ ਝਾੜੂ ਮਾਰਿਆ ਹਲੇ ਪੋਚਾ ਲਾਣੇ ਆਪਾਂ ਚਲੋ ਵਲੌਗ ਦੇ ਵਿੱਚ ਕੰਟੀਨਿਊ ਬਣੇ ਰਹੋ ਤੇ ਫੁੱਲ ਵਾਚ ਕਰਿਆ ਕਰੋ ਵਲੌਗ ਨੂੰ ਸੋ ਹਾਂਜੀ ਫੈਮਿਲੀ ਹੁਣ ਇੱਥੇ ਸੁੱਕ ਗਏ ਸੀ ਗੱਦੇ ਮੈਂ ਸੋਚਿਆ ਚਲੋ ਅੰਦਰ ਲੈ ਜੰਨੇ ਆਪਾਂ ਬੈੱਡ ਵਿਛਾ ਦਿੰਨੇ ਆ ਤੇ ਨਾ ਇੱਥੇ ਮੇਰੇ ਹਸਬੰਡ ਦੇ ਮਾਮਾ ਜੀ ਦੀ ਬੇਟੀ ਨੇ ਆਣਾ ਸੀ ਉਹਦਾ ਐਗਜ਼ਾਮ ਸੀ ਪਟਿਆਲੇ ਤਾਂ ਫਿਰ ਉਹਨੇ ਆਣਾ ਸੀਗਾ ਤੇ ਮੈਂ ਕਿਹਾ ਚਲੋ ਉਹ ਵੀ ਆਨ ਆਲੇ ਨੇ ਵੀ ਮੈਂ ਇਹਨੇ ਆਪਣਾ ਬੈੱਡ ਵਗੈਰਾ ਨਾ ਸੈੱਟ ਕਰ ਲੈਣੀ ਆ ਵੀ ਚੰਗਾ ਨੇ ਲੱਗਦਾ ਘਰ ਦੇ ਵਿੱਚ ਜਦੋਂ ਕੋਈ ਆ ਰਿਹਾ ਹੁੰਦਾ ਤੇ ਬਸ ਤਾਂ ਕਰਕੇ ਮੈਂ ਕਹਾਂ ਚਲੋ ਹਣਾ ਘਰ ਦੇ ਕੰਮ ਹੈ ਜਿਹੜੇ ਮੈਨੂੰ ਬੇੜ ਲੈਣੇ ਆ ਬਸ ਇਥੇ ਮੋਕਸ਼ੀ ਵੀ ਤੁਰ ਫਿਰ ਰਹੀ ਸੀ ਤੇ ਨਾਲ ਨਾਲ ਮੈਂ ਆਪਣੇ ਹਣਾ ਗੱਦੇ ਵਗੈਰਾ ਬਾਹਰੋਂ ਲੈ ਆਈ ਸੀ ਤੇ ਬਾਹਰੋਂ ਲਿਆ ਕੇ ਮੈਂ ਅੰਦਰ ਹਣਾ ਚੰਗੀ ਤਰ੍ਹਾਂ ਲਗਾਏ ਬੈਠ ਤੇ ਤੇ ਉਸ ਤੋਂ ਬਾਅਦ ਜਿਹੜੀ ਬੈੱਡ ਸ਼ੀਟ ਹੈ ਹਣਾ ਉਹ ਪਛਾ ਦਿੱਤੀ ਤੇ ਬੈੱਡ ਸ਼ੀਟ ਅੱਜ ਮੈਂ ਨਿਊ ਵਛਾਈ ਸੀਗੀ ਕਹਿੰਦੇ ਮੈਂ ਨਿਊ ਕੀ ਵੀ ਚੇਂਜ ਕਰਤੀ ਸੀਗੀ ਤੇ ਬਸ ਉਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿੱਦਦ ਹਣਾ ਮੇਰੇ ਮਨ ਨੂੰ ਐਵੇਂ ਹੋ ਜਾਂਦਾ ਕਿ ਅੱਜ ਬੈੱਡ ਸ਼ੀਟ ਚੇਂਜ ਕਰਨੀ ਹੈ ਤਾਂ ਮੈਂ ਉਸ ਦਿਨ ਕਰ ਦੇਣੀ ਹੁੰਨੀ ਹੈਗੀ ਸੋ ਬਸ ਇਦਾਂ ਹੀ ਚੱਲਦੇ ਰਹਿਣੇ ਪਸੰਦ ਨਹੀਂ ਬਟ ਮੋਕਸ਼ੀ ਕਰਕੇ ਮੈਨੂੰ ਥੋੜੀ ਡਾਰਕ ਬੈੱਡ ਸ਼ੀਟ ਪਸੰਦੀਆਂ ਪੈਂਦੀਆਂ ਨੇ ਤਾਂ ਮੈਂ ਦੂਸਰੇ ਰੂਮ ਦੇ ਵਿੱਚ ਨਾ ਲਾਈਟ ਵਾਲੀ ਬੈੱਡ ਸ਼ੀਟ ਵਿਛਾਈ ਬਹੁਤ ਸੋਹਣੀ ਲੱਗ ਰਹੀ ਸੀਗੀ ਬਹੁਤ ਜ਼ਿਆਦਾ ਇਨਾ ਦੇਖ ਕੇ ਉਸ ਰੂਮ ਨੂੰ ਸਕੂਨ ਮਿਲ ਰਿਹਾ ਸੀਗੀ ਹਾਂ ਅੱਜ ਰੂਮ ਬਹੁਤ ਸੋਹਣਾ ਲੱਗ ਰਿਹਾ ਤਾਂ ਇਹਨਾਂ ਲਾਈਟ ਵਾਲੀ ਬੈੱਡ ਸ਼ੀਟਸ ਹੁੰਦੀਆਂ ਨੇ ਬਹੁਤ ਸੋਹਣੇ ਲੱਗਦੀਆਂ ਨੇ ਤਾਂ ਇੱਥੇ ਫਿਰ ਅੱਜ ਮੈਂ ਆ ਵਾਲੀ ਚਾਦਰ ਵਿਛਾਲੀ ਸੀ ਇਹ ਵਾਲੀ ਚਾਦਰ ਦਾ ਨਾ پتہ ਕੀ ਗੱਲ ਹੋਈ ਜਦੋਂ ਮੇਰੇ ਬ੍ਰਦਰ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਉਦੋਂ ਉੱਥੇ ਨਾ ਸਹਰਾਣੇ ਚਲੇ ਗਏ ਸੀਗੇ ਤੇ ਉਹਨਾਂ ਤੇ ਇੱਕ ਨਈ ਵਾਪਸ ਆਇਆ ਤੇ ਜਿਹੜੀ ਬੈਚ ਸੀ ਦਸਰਾਣਾ ਇੱਕ ਮੇਰੇ ਕੋਲ ਹੈਗਾ ਤੇ ਇੱਕ ਉਹਨਾਂ ਕੋਲ ਹੈ ਤਬਟ ਮੈਂ ਉਹਨਾਂ ਨੂੰ ਕਿਹਾ ਤਾਂ ਹੈਗਾ ਕਿ ਮੈਨੂੰ ਸਹਰਾਣਾ ਦੇ ਦਿਓ ਵੀ ਹਨਾ ਇਸ ਇਸ ਨਾਲ ਬੈੱਡ ਸ਼ੀਟ ਜਿਹੜੀ ਆਪਣੀ ਖਰਾਬ ਹੋ ਚੁਗੀ ਤਾਂ ਬਟ ਕਿਸੇ ਨੂੰ ਬਾਰ-ਬਾਰ ਨਹੀਂ ਕਿਹਾ ਜਾਂਦਾ ਹਨਾ ਤਾਂ ਕਰਕੇ ਮੈਂ ਉਹਨਾਂ ਨੂੰ ਜ਼ਿਆਦਾ ਫੋਰਸ ਨਹੀਂ ਕੀਤਾ ਫਿਰ ਤਾਂ ਕਰਕੇ ਮੈਂ ਦੇ ਜਿਹੜੇ ਸਹਰਾਣੇ ਦੇ ਕਵਰ ਨੇ ਉਹ ਚੇਂਜ ਨਹੀਂ ਕੀਤੇ ਮੈਂ ਉਹੀ ਵਾਲੀ ਹਨਾ ਜਿਹੜੇ ਵਿਸ਼ੇ ਹੋਏ ਸੀ ਪਹਿਲਾਂ ਵਾਲੇ ਮੈਂ ਕਿਹਾ ਚਲੋ ਜੱਚ ਰਹੇ ਨੇ ਠੀਕ ਹੈ ਚੱਲ ਰਹੇ ਨੇ ਕੋਈ ਗੱਲ ਨਹੀਂ ਤੇ ਬਸ ਉਹ ਵੀ ਸ਼ਾਮ ਤੇ ਤੁਹਾਨੂੰ ਸਾਰਨ ਮੈਂ ਸਵੇਰੇ ਪਹਿਲਾਂ ਦੱਸ ਹੀ ਦਿੱਤਾ ਸੀ ਕਿ ਮੈਂ ਜਿਹੜਾ ਬਾਹਲੀ ਸਫਾਈਆਂ ਨੇ ਉਹ ਹਲੇ ਕੀਤੀਆਂ ਨਹੀਂ ਸੀਗੀਆਂ ਕਿਉਂਕਿ ਬਾਹਰ ਮੇਰੇ ਗੱਦੇ ਸੁੱਕਨੇ ਪਏ ਹੋਏ ਸੀਗੇ ਤਾਂ ਹੁਣ ਮੈਂ ਆ ਗਈ ਸੀ ਫਿਰ ਕਰਦਾ ਤੇ ਕਿਉਂਕਿ ਬਾਹਰਲਾ ਫਰਸ਼ ਸਾਡਾ ਵਾਈਟ ਹੈ ਉਹ ਫਾਈਟ ਹੈ ਤੇ ਇਹ ਦੇ ਕਰਕੇ ਜਿਹੜਾ ਮਿੱਟੀ ਧੂੜ ਹਨ ਸਾਰਾ ਸ਼ਰੀਆਮ ਦੀਸਣ ਲੱਗ ਜਾਂਦਾ ਫਿਰ ਇਹ ਤਾਂ ਸਾਫ ਕਰਨਾ ਹੀ ਪਊਗਾ ਆਪਾਂ ਨੂੰ ਤਾਂ ਬਸ ਮੈਂ ਬਾਰੂ ਝਾੜੂ ਵਗੈਰਾ ਕੱਢ ਰਹੀ ਸੀ ਤਾਂ ਸਾਰਾ ਝਾੜੂ ਕੱਢ ਕੇ ਮੈਂ ਬਾਹਰ ਤੱਕ ਲੈ ਕੇ ਹਨਾ ਚੰਗੀਦਰ ਝਾੜੂ ਵਗੈਰਾ ਮਾਰ ਦੂੰਗੀ ਤੇ ਨਾਲ ਹੀ ਮੈਂ ਲੱਗ ਗਈ ਸੀ ਬਾਥਰੂਮ ਵਗੈਰਾ ਤਾਂ ਹੁਣ ਤੇ ਇੱਥੇ ਮੇਰੇ ਕੋਲ ਫਿਰ ਉਸ ਤੋਂ ਜਦੋਂ ਮੈਂ ਬਾਥਰੂਮ ਧੋ ਰਹੀ ਸੀ ਉਸ ਤੋਂ ਮੇਰੇ ਕੋਲ ਮੋਕਸ਼ੀ ਆ ਗਈ ਸੀ ਤਾਂ ਮੈਨੂੰ ਬਿਲਕੁਲ ਵੀ ਉਹਨੇ ਕੰਮ ਨਹੀਂ ਕਰਨ ਦਿੱਤਾ ਬਹੁਤ ਔਖਾ ਕਰਿਆ ਉਹਨੇ ਮੈਨੂੰ ਮਸਾਂ ਜਿਵੇਂ-ਜਿਵੇਂ ਕਰਕੇ ਮੈਂ ਬਾਥਰੂਮ ਧੋਇਆ ਤੇ ਬਾਹਰਲਾ ਵਿੜਾ ਧੋ ਕੇ ਹਣਾ ਫਿਰ ਪੋਚਾ ਲਗਾਇਆ ਬਟ ਮੈਂ ਪੋਚਾ ਲਗਾਇਆ ਉਦੋਂ ਮੈਂ ਸ਼ੂਟ ਨਹੀਂ ਕੀਤਾ ਕਿਉਂਕਿ ਮੈਨੂੰ ਮੋਕਸ਼ੀ ਨਾ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ ਉਦੋਂ ਤੇ ਮੈਂ ਆਪਣਾ ਸ਼ੂਟ ਬੰਦ ਕਰਤਾ ਮੈਂ ਕਿਹਾ ਚਲੋ ਕੋਈ ਨਹੀਂ ਕਿਉਂਕਿ ਮੈਨੂੰ ਵਿਨਾ ਹੋ ਜੇ ਤਾਂ ਕਰਕੇ ਮੈਂ ਆਪਣਾ ਵਲੋਗ ਉੱਥੀ ਹਣਾ ਐਂਡ ਕਰਤਾ ਸੀ ਮੈਂ ਕਿਹਾ ਚਲੋ ਹਣਾ ਤੁਹਾਨੂੰ ਸਾਰਿਆਂ ਨੂੰ ਮੈਂ ਉਹ ਬੋਲ ਕੇ ਦੱਸ ਦੂੰਗੀ ਤਾਂ ਬਸ ਅਹੀ ਕੁਛ ਕੀਤਾ ਸੀ ਮੈਂ ਜੋ ਵੀ ਤੁਹਾਡੇ ਸਾਰੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰ ਹੀ ਲਿਆ ਇੱਥੇ ਟਾਈਮ ਮਿਲ ਲੱਗਦਾ 1.5 2 ਵਜੇ ਦੇ ਪੱਜੇ ਹੋਇਆ ਸੀ ਕਿਉਂਕਿ ਪਹਿਲਾਂ ਸਵੇਰੇ ਥੋੜੇ ਸ਼ੂਟ ਕਰ ਲਿਆ ਸੀ ਤੇ ਥੋੜਾ ਮੈਂ ਦੁਪਹਿਰ ਨੂੰ ਕਰ ਲਿਆ ਸੀਗਾ ਤੇ ਬਸ ਇੱਥੇ ਹੁਣ ਮੈਂ ਬਾਥਰੂਮ ਘੇਰਾ ਤੋਂ ਲੱਗ ਗਈ ਸੀ ਤੇ ਤੁਸੀਂ ਦੇਖ ਲਓ ਮੋਕਸ਼ੀ ਮੈਨੂੰ ਕਿੰਨਾ ਪਰੇਸ਼ਾਨ ਕਰਦੀ ਸੀ ਜਿਵੇਂ ਮੈਂ ਬਾਥਰੂਮ ਦੇ ਵਿੱਚ ਪਾਣੀ ਵਗੈਰਾ ਡੋਲ ਰਹੀ ਸੀ ਮੈਂ ਬਾਥਰੂਮ 'ਚ ਝਾੜੂ ਨਾਲ ਸਫਾਈ ਕਰ ਰਹੀ ਸੀ ਉਦਾਂ ਇਹ ਵਾਰ ਲੱਗੀ ਹੋਈ ਸੀ ਵਾਈਪਰ ਵਗੈਰਾ ਮਾਰਨ ਤੇ ਇਹਨੂੰ ਮੈਂ ਕਿਹਾ ਵੀ ਤੂੰ ਨਹੀਂ ਨਹਾਣਾ ਤੂੰ ਪਾਣੀ 'ਚ ਗਿੱਲਾ ਨਹੀਂ ਹੋਣਾ ਕਿਉਂਕਿ ਇਹਨੂੰ ਫੀਵਰ ਸੀਗਾ ਵੀ ਫੀਵਰ ਉਤਰਿਆ ਹੋਇਆ ਸੀ ਉਦੋਂ ਬਟ ਇਹੀ ਹੈ ਨਾ ਵੀ ਬੱਚੇ ਕਿਸੇ ਦੀ ਨਹੀਂ ਸੁਣਦੇ ਬੱਚੇ ਆਪਣੇ ਮਨ ਦੀ ਕਰਦੇ ਆ ਤਾਂ ਕਰਕੇ ਬਸ ਇਹਨੇ ਹੋਈ ਕੀਤਾ ਜੋ ਇਹਨੂੰ ਚੰਗਾ ਲੱਗਿਆ ਮੈਂ ਸੋਚਿਆ ਸੀ ਬੀਨੂ ਨੂੰ ਨਾ ਗਰਮ ਪਾਣੀ ਕਰਕੇ ਨਵਾਉਂਗੀ ਵੀ ਠੰਡੇ ਪਾਣ ਨਾਲਵੇਂ ਹੋਰ ਨਾ ਬਿਮਾਰ ਹੋ ਜੇ ਤੇ ਬਟੇ ਇਹੀ ਗਿੱਲੇ ਪਾਏ ਠੰਡੇ ਪਾਣ ਨਾਲ ਹੀ ਨਹਾ ਲਈ ਮੋਕਸ਼ੀ ਤਾਂ ਫਿਰ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਤਾਂ ਬਾਥਰੂਮ ਧੋਣ ਤੋਂ ਬਾਅਦ ਮੈਂ ਬਾਹਰਲੇ ਸ਼ਿੰਗ ਹੈ ਜਿਹੜੀ ਉਹ ਵੀ ਸਾਫ਼ ਕਰਨ ਲੱਗ ਗਈ ਸੀ ਉਹ ਸਾਫ਼ ਕਰਨ ਤੋਂ ਬਾਅਦ ਫਿਰ ਬਾਹਰ ਜਾਣਾ ਜਿਹੜਾ ਤੁਸੀਂ ਬਾਹਰ ਤੀਖਰੋ ਸਾਡੇ ਬਣੇ ਹੋਏ ਸਾਰਾ ਸਾਰਾ ਬਾਹਰੋ ਵੇੜਾ ਵਗੈਰਾ ਧੋ ਕੇ ਹਨਾ ਜਦ ਅੱਗੇ ਤੱਕ ਤਾਂ ਮੈਂ ਵੇੜਾ ਨਹੀਂ ਧੋਇਆ ਸੀ ਬਸ ਬਾਹਰੋ-ਬਾਰੋ ਥੋੜਾ ਧੋ ਕੇ ਤੇ ਨਾਲ ਦੇ ਨਾਲ ਮੈਂ ਪੋਚਾ ਮਾਰਤਾ ਹੀ ਚੰਗੀ ਤਰ੍ਹਾਂ ਬਸ ਉਹ ਵਾਲਾ ਮੈਂ ਸ਼ੋਟ ਨਹੀਂ ਲਿਆ ਸੀਗਾ ਪੋਚਾ ਮਾਰਨ ਵਾਲਾ ਕਿਉਂਕਿ ਉਦੋਂ ਮੈਨੂੰ ਮੇਰੀ ਬੇਟੀ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਿੱਤੇ ਕਰਕੇ ਮੈਂ ਸ਼ੋਟ ਹੈ ਨਹੀਂ ਲੈ ਪਾਈ ਹਾਂਜੀ ਫੈਮਲੀ ਇਥੇ ਮੈਂ ਮੋਕਸ਼ੀ ਨੂੰ ਕਹਿ ਰਹੀ ਸੀ ਪਰਾਂ ਹੋ ਜਾ ਪਰਾਂ ਹੋ ਜਾ ਮੈਨੂੰ ਕੰਮ ਕਰ ਲੈਣ ਦੇ ਬਟ ਉਹ ਕਰਨ ਨਹੀਂ ਦੇ ਰਹੀ ਸੀ ਵਿੱਚ ਆਈ ਜਾ ਰਹੀ ਸੀ ਬਾਰ ਬਾਰ ਫਿਰ ਵੀ ਉਹਨੇ ਇੱਧਰ ਉੱਧਰ ਕਰਕੇ ਮੈਂ ਜਿਵੇਂ ਤੇ ਮੈਂ ਕੰਮ ਕਰ ਲਿਆ ਸੋ ਬਸ ਅੱਜ ਵਾਲਾ ਇਹੀ ਵਲੌਗ ਸੀ ਜੇ ਤੁਹਾਨੂੰ ਸਾਰਿਆਂ ਨੂੰ ਮੇਰਾ ਵਲੌਗ ਵਧੀਆ ਲੱਗਿਆਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਆ ਕਰੋ ਲਾਸਟ ਤੱਕ ਕਿਉਂਕਿ ਤੁਹਾਡੇ ਇੱਕ ਲਾਈਕ ਨਾਲ ਕੁਝ ਨਹੀਂ ਆਉਣਾ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਵੀਡੀਓ ਬਣਾਉਣ ਦੀ ਸੋ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਆਪਣੇ ਫਰੈਂਡਸ ਨਾਲ ਸੋ ਹੁਣ ਤੁਹਾਨੂੰ ਸਾਰਿਆਂ ਨੂੰ ਮਿਲੂੰਗੀ ਨੈਕਸ